ਹੈਲੋ ਬੱਚਿਓ, ਸਾਡੇ ਕੋਲ ਪ੍ਰੈਕਟਿਸ ਸ਼ੀਟ 3 ਆ ਗਈ ਹੈ ਵਿਗਿਆਨ ਵਿਸ਼ੇ ਦੀ, ਜਿਸ ਦੇ ਵਿੱਚ ਬਲ ਅਤੇ ਦਬਾਓ ਵਾਲਾ ਪਾਠ ਸਾਡੇ ਕੋਲ ਦਿੱਤਾ ਗਿਆ। ਤਾਂ ਦੇਖਦੇ ਹਾਂ ਇਹਦੇ ਕੁਐਸਚਨ। ਪਹਿਲਾ ਹੈ, ਹੇਠ ਲਿਖਿਆਂ ਵਿੱਚੋਂ ਕਿਹੜਾ ਬਲ ਨਹੀਂ ਹੈ? ਤਾਂ ਆਪਸ਼ਨ ਹੈ, ਪੇਸ਼ੀ ਬਲ ਹੁੰਦਾ ਹੈ, ਚੁੰਬਕੀ ਬਲ ਵੀ ਹੁੰਦਾ ਹੈ, ਬਿਜਲੀ ਬਲ ਵੀ ਹੁੰਦਾ ਹੈ, ਰਸਾਇਣਿਕ ਬਲ ਨਹੀਂ ਹੁੰਦਾ। ਤਾਂ ਤੀਸਰਾ ਆਪਸ਼ਨ ਇਸਦਾ ਆਂਸਰ ਆ ਜਾਏਗਾ। ਦੂਜਾ ਹੈ, ਕਿਸੇ ਗਤੀਸ਼ੀਲ ਵਸਤੂ ਉੱਤੇ ਉਸਦੀ ਦਿਸ਼ਾ ਵਿੱਚ ਲਗਾਇਆ ਗਿਆ ਬਲ, ਵਸਤੂ ਦੀ ਗਤੀ ਅਤੇ ਬਲ ਦਾ ਕੀ ਪ੍ਰਭਾਵ ਪਵੇਗਾ? ਮੰਨ ਲਓ ਕਿ ਬਾਲ ਜਿਹੜੀ ਹੈ ਇਸੇ ਦਿਸ਼ਾ ਵੱਲ ਜਾ ਰਹੀ ਸੀ, ਇਸੇ ਦਿਸ਼ਾ ਵੱਲ ਹੀ ਆਪਾਂ ਹੋਰ ਇਹਦੇ ਉੱਪਰ ਜਿਹੜਾ ਸੀਗਾ ਹਿੱਟ ਕਰਤਾ, ਬਲ ਲਗਾਤਾ, ਤਾਂ ਫਿਰ ਇਸਦੀ ਜਿਹੜੀ ਗਤੀ ਹੈ ਉਹਦੇ ਉੱਪਰ ਕੀ ਫਰਕ ਪਵੇਗਾ? ਪਰਿਵਰਤਨ ਨਹੀਂ ਆਏਗਾ, ਗਲਤ ਹੈ, ਗਤੀ ਵੱਧ ਜਾਏਗੀ। ਹਾਂ ਬਿਲਕੁਲ, ਉਸਦੀ ਗਤੀ ਕੀ ਆ? ਵੱਧ ਜਾਵੇਗੀ, ਦੂਜਾ ਆਪਸ਼ਨ ਆ ਜਾਏਗਾ। ਤੀਜਾ ਹੈ, ਹੇਠ ਲਿਖਿਆਂ ਵਿੱਚੋਂ ਕਿਹੜਾ ਸੰਪਰਕ ਬਲ ਹੈ? ਸੰਪਰਕ ਬਲ ਉਹ ਹੁੰਦੇ ਆ ਜਿਵੇਂ ਆਪਾਂ ਇਸ ਬਾਲ ਨੂੰ ਹਿੱਟ ਕੀਤਾ, ਤਾਂ ਹਿੱਟ ਕਰਨ ਵਾਸਤੇ ਬਾਲ ਨੂੰ ਟੱਚ ਕਰਨਾ ਪਿਆ, ਸੰਪਰਕ ਬਲ ਹੈ। ਤਾਂ ਸਥਿਰ ਬਿਜਲੀ ਵਾਲੇ ਦੂਰ ਤੋਂ ਲੱਗਦਾ, ਗੁਰਤਾਕਰਸ਼ਣ ਬਲ ਵੀ ਦੂਰ ਤੋਂ ਲੱਗਦਾ, ਚੁੰਬਕੀ ਬਲ ਵੀ ਦੂਰ ਤੋਂ ਲੱਗ ਜਾਂਦਾ, ਪਰ ਰਗੜ ਬਲ ਜਿਹੜੀ ਹੁੰਦੀ ਹੈ ਇਹ ਸਪਰਸ਼ ਵਿੱਚ ਆ ਕੇ ਲੱਗਦੀ ਹੈ, ਤਾਂ ਇਸਨੂੰ ਬੋਲਦੇ ਸੰਪਰਕ ਬਲ। ਚੌਥਾ ਹੈ, ਸਾਨੂੰ ਵਾਯੂਮੰਡਲੀ ਦਬਾਅ ਮਹਿਸੂਸ ਕਿਉਂ ਨਹੀਂ ਹੁੰਦਾ? ਆਪਸ਼ਨ ਹੈ, ਇਸਦਾ ਮਾਨ ਘੱਟ ਹੁੰਦਾ ਹੈ, ਨਹੀਂ, ਇਹ ਸਿਰਫ ਵਾਯੂਮੰਡਲ 'ਤੇ ਕੰਮ ਕਰਦਾ, ਨਾ ਕਿ ਸਾਡੇ 'ਤੇ, ਇਹ ਵੀ ਨਹੀਂ, ਸਾਡੇ ਸਰੀਰ ਦਾ ਅੰਦਰੂਨੀ ਦਬਾਓ ਵਾਯੂਮੰਡਲੀ ਦਬਾਅ ਦੇ ਬਰਾਬਰ ਹੁੰਦਾ ਹੈ, ਤਾਂ ਇਹ ਆਪਸ਼ਨ ਸਹੀ ਆ, ਤੀਜਾ ਇਸਦਾ ਆਂਸਰ ਆਏਗਾ। ਪੰਜਵਾਂ ਕੁਸ਼ਚਨ ਹੈ, ਬੈਰੋਮੀਟਰ ਦੁਆਰਾ ਕੀ ਮਾਪਿਆ ਜਾਂਦਾ ਹੈ? ਤਾਂ ਬੈਰੋਮੀਟਰ ਦੀ ਵਰਤੋਂ ਹੁੰਦੀ ਵਾਯੂਮੰਡਲੀ ਦਬਾਓ ਨੂੰ ਮਾਪਣ ਦੇ ਲਈ। ਛੇਵਾਂ ਕੁਸ਼ਚਨ, ਕਿਸੇ ਤਰਲ ਦੁਆਰਾ ਲਗਾਇਆ ਗਿਆ ਬਲ, ਲਗਾਇਆ ਗਿਆ ਦਬਾਓ ਡੂੰਘਾਈ ਨਾਲ ਕਿਵੇਂ ਬਦਲਦਾ ਹੈ? ਤਾਂ ਜਿਵੇਂ ਜਿਵੇਂ ਡੂੰਘਾਈ ਵੱਧਦੀ ਜਾਂਦੀ ਆ, ਉਸੇ ਉਵੇਂ ਉਵੇਂ ਕੀ ਹੁੰਦਾ ਹੈਗਾ ਕਿ ਜਿਹੜਾ ਉੱਪਰ ਤਰਲ ਹੈ ਉਸ ਦੀ ਜਿਹੜੇ ਵੋਲੀਅਮ ਆ ਉਹ ਵੱਧਦੀ ਜਾਏਗੀ, ਅਤੇ ਉਹਦੇ ਨਾਲ ਜਿਹੜਾ ਦਬਾਓ ਹੈਗਾ ਉਹ ਵੀ ਕੀ ਹੁੰਦਾ ਜਾਏਗਾ? ਵੱਧਦਾ ਜਾਏਗਾ। ਤਾਂ ਡੂੰਘਾਈ ਨਾਲ ਜਿਹੜਾ ਦਬਾਓ ਆ ਉਹ ਵੱਧਦਾ ਹੈ। ਕਿਸੇ ਫਰਸ਼ ਉੱਪਰ ਰੇੜ ਦੀ ਗੇਂਦ ਉੱਪਰ ਰਗੜ ਬਲ ਹੇਠ ਲਿਖਿਆਂ ਵਿੱਚ ਕੀ ਪ੍ਰਭਾਵ ਪਾਉਂਦਾ ਹੈ? ਆਕਾਰ ਵਿੱਚ ਪਰਿਵਰਤਨ ਨਹੀਂ, ਦਿਸ਼ਾ ਵਿੱਚ ਪਰਿਵਰਤਨ ਨਹੀਂ, ਚਲਦੀ ਗੇਂਦ ਵਿੱਚ ਪ੍ਰਵੇਗ, ਗੇਂਦ ਦੀ ਗਤੀ ਹੌਲੀ ਹੋਣੀ। ਤਾਂ ਚੌਥਾ ਇਸਦਾ ਸਹੀ ਆਂਸਰ ਆਏਗਾ, ਰਗੜ ਬਲ ਕਰਕੇ ਜਿਹੜੀ ਗੇਂਦ ਉਹ ਕੀ ਹੋ ਜਾਂਦੀ ਆ? ਹੌਲੀ, ਸਪੀਡ ਉਸਦੀ ਘੱਟ ਜਾਂਦੀ ਆ। ਅੱਠਵਾਂ ਹੈ, ਇੱਕ ਵਸਤੂ ਉੱਪਰ ਦੋ ਬਲ ਲੱਗ ਰਹੇ ਹਨ, ਵਸਤੂ ਦੀ ਸਥਿਤੀ ਗਤੀ ਆਕਾਰ ਵਿੱਚ ਕੋਈ ਪਰਿਵਰਤਨ ਨਹੀਂ ਹੁੰਦਾ, ਤਾਂ ਇਸਦਾ ਕੀ ਭਾਵ ਹੈ? ਦੇਖੋ, ਇੱਕ ਇਹ ਵਸਤੂ ਹੈ, ਇਹ ਕਿੱਧਰੋਂ ਬਲ ਲੱਗੀ ਜਾਂਦਾ, ਇਹ ਕਿੱਧਰੋਂ ਬਲ ਲੱਗੀ ਜਾਂਦਾ, ਨਾ ਤਾਂ ਇਹਦੀ ਸ਼ਕਲ ਬਦਲੀ, ਨਾ ਇਹ ਆਪਦੀ ਜਗ੍ਹਾ ਤੋਂ ਹਿੱਲੀ, ਨਾ ਹੀ ਇਹਦੇ ਆਕਾਰ 'ਚ ਕੋਈ ਫਰਕ ਪਿਆ। ਤਾਂ ਫਿਰ ਇਸਦਾ ਕੀ ਮਤਲਬ ਹੈ ਕਿ ਜੋ ਦੋਨਾਂ ਪਾਸਿਆਂ ਤੋਂ ਲੱਗ ਰਹੇ ਬਲ ਹੈਗੇ ਉਹ ਕੀ ਆ ਗਏ ਆਪਸ ਵਿੱਚ ਬਰਾਬਰ, ਅਤੇ ਲੱਗ ਵੀ ਕੀ ਰਹੇ ਆ? ਉਲਟ ਦਿਸ਼ਾ ਵਿੱਚ, ਇਹ ਇੱਧਰ ਨੂੰ ਲੱਗ ਰਿਹਾ, ਇੱਧਰ ਨੂੰ ਲੱਗ ਰਿਹਾ, ਦੋਨਾਂ ਬਲਾਂ ਦਾ ਮਾਨ ਬਰਾਬਰ ਹੈ ਅਤੇ ਉਲਟ ਦਿਸ਼ਾ ਵਿੱਚ ਲੱਗ ਰਹੇ ਹਨ, ਦੂਜੀ ਆਪਸ਼ਨ ਇਸਦਾ ਆਂਸਰ ਆਏਗਾ। ਨੌਵਾਂ ਹੈ, ਮੀਰਾ ਕੋਲ ਦੋ ਚਾਕੂ ਹਨ, ਇੱਕ ਤਿੱਖਾ ਅਤੇ ਦੂਜਾ ਕੀ ਆ? ਖੁੰਡਾ। ਦੋਨਾਂ ਉੱਪਰ ਇੱਕੋ ਜਿਹਾ ਬਲ ਲਗਾਉਣ 'ਤੇ ਕਿਹੜਾ ਚਾਕੂ ਸਬਜ਼ੀ ਕੱਟਣ ਵੇਲੇ ਜ਼ਿਆਦਾ ਦਬਾਅ ਲਗਾਵੇਗਾ? ਜ਼ਿਆਦਾ ਦਬਾਅ ਕਿਸ ਦੇ ਵਿੱਚ ਲੱਗੇਗਾ? ਖੁੰਡੇ ਵਿੱਚ ਲੱਗੇਗਾ ਜਾਂ ਫਿਰ ਤਿੱਖੇ ਦੇ ਵਿੱਚ ਲੱਗੇਗਾ? ਅਤੇ ਇਸਦੇ ਵਿੱਚ ਕੀ ਹੁੰਦਾ ਹੈਗਾ ਕਿ ਪ੍ਰੈਸ਼ਰ ਹੁੰਦਾ ਹੈ, ਪ੍ਰੈਸ਼ਰ ਹੁੰਦਾ ਹੈ ਫੋਰਸ ਅਪਲਾਈਡ ਔਨ ਏਰੀਆ, ਠੀਕ ਹੈ। ਤਾਂ ਜਿੰਨਾ ਏਰੀਆ ਘੱਟ ਹੋਏਗਾ ਉਨਾ ਹੀ ਪ੍ਰੈਸ਼ਰ ਕੀ ਹੋਏਗਾ? ਜ਼ਿਆਦਾ। ਤਾਂ ਜਿਹੜਾ ਤਿੱਖਾ ਚਾਕੂ ਆ ਉਸਦੇ ਵਿੱਚ ਪ੍ਰੈਸ਼ਰ ਕੀ ਲੱਗੇਗਾ? ਜ਼ਿਆਦਾ ਲੱਗੇਗਾ ਤਿੱਖੇ ਚਾਕੂ ਵੱਲੋਂ। ਆਪਣੇ ਵੱਲੋਂ ਜਿਹੜਾ ਦਬਾਅ ਲੱਗਣਾ ਹੈਗਾ ਉਹ ਖੁੰਡੇ ਮੌਕੇ ਜ਼ਿਆਦਾ ਲੱਗਣਾ, ਪਰ ਚਾਕੂ ਕਿਹੜੇ ਨੇ ਜ਼ਿਆਦਾ ਦਬਾਅ ਪਾਉਣਾ? ਤਾਂ ਉਹ ਤਿੱਖੇ ਨੇ। ਦਸਵਾਂ ਹੈ, ਸਰੋਜ ਦੇ ਘਰ ਦੋ ਪਾਣੀ ਦੀਆਂ ਟੈਂਕੀਆਂ ਊੜਾ ਅਤੇ ਆੜਾ ਹਨ, ਊੜੇ ਨੂੰ ਵੱਧ ਉਚਾਈ 'ਤੇ ਰੱਖਿਆ, ਆਹ ਮੰਨ ਲਓ ਉਹਨਾਂ ਦਾ ਘਰ ਹੈ, ਇੱਥੇ ਉਹਨਾਂ ਨੇ ਦੋ ਟੈਂਕੀਆਂ ਰੱਖੀਆਂ, ਆਹ ਤਾਂ ਜਿਹੜੀ ਹੈ ਪਹਿਲੀ ਆ, ਊੜੇ ਨੂੰ ਵੱਧ ਉਚਾਈ 'ਤੇ ਰੱਖਿਆ, ਇਹ ਮੰਨੋ ਊੜੇ ਵਾਲੀ ਟੈਂਕੀ ਹੈ। ਰਸੋਈ ਵਿੱਚ ਦੋ ਟੈਂਕੀਆਂ, ਦੋ ਟੂਟੀਆਂ ਟੈਂਕ ਊੜਾ ਅਤੇ ਆੜਾ ਨਾਲ ਜੁੜੀਆਂ ਹਨ, ਊੜੇ ਨੂੰ ਵੱਧ ਉਚਾਈ 'ਤੇ ਰੱਖਿਆ, ਆੜੇ ਨੂੰ ਘੱਟ ਉਚਾਈ 'ਤੇ ਰੱਖਿਆ ਗਾ, ਠੀਕ ਹੈ। ਕਿਸ ਟੂਟੀ ਵਿੱਚ ਪਾਣੀ ਵੱਧ ਦਬਾਅ ਨਾਲ ਆਵੇਗਾ? ਤਾਂ ਜਿਸਦੀ ਜਿੰਨੀ ਉਚਾਈ ਜ਼ਿਆਦਾ ਹੋਏਗੀ ਉਸਦਾ ਦਬਾਅ ਉਨਾ ਹੀ ਕੀ ਹੋਏਗਾ? ਜ਼ਿਆਦਾ। ਜਿਹੜੀ ਟੂਟੀ ਊੜੇ ਟੈਂਕੀ ਨਾਲ ਜੁੜੀ ਹੋਏਗੀ ਉਸਦਾ ਜਿਹੜਾ ਦਬਾਅ ਉਹ ਕੀ ਹੋਏਗਾ? ਵੱਧ। ਤਾਂ ਇਸਦਾ ਆਂਸਰ ਆਏਗਾ ਪਹਿਲਾ। ਗਿਆਰਵਾਂ ਹੈ, ਬਲ ਦੀ ਐਸਆਈ ਇਕਾਈ ਕੀ ਆ? ਬਲ ਜਿਹੜਾ ਉਸਦੀ ਐਸਆਈ ਇਕਾਈ ਹੁੰਦੀ ਹੈ ਨਿਊਟਨ। ਬਾਰਵਾਂ ਕੁਸ਼ਚਨ, ਨਿਸ਼ਾ ਇਸ ਗੱਲ ਤੋਂ ਹੈਰਾਨ ਹੈ ਕਿ ਜਦੋਂ ਪਾਣੀ ਵਿੱਚ ਡੁੱਬੇ ਡਰਾਪਰ ਨੂੰ ਦੇ ਰਬੜ ਬਲਬ ਨੂੰ ਦਬਾ ਕੇ ਛੱਡਿਆ ਜਾਂਦਾ ਹੈ ਤਾਂ ਡਰਾਪਰ ਵਿੱਚ ਪਾਣੀ ਭਰ ਜਾਂਦਾ ਹੈ, ਇਸਦਾ ਕੀ ਕਾਰਨ ਹੈ?
ਤਾਂ ਜਦੋਂ ਆਪਾਂ ਡਰੋਪਰ ਨੂੰ ਦਬਾ ਕੇ ਛੱਡਦੇ ਹਾਂ ਉਸਦੇ ਵਿੱਚ ਪਾਣੀ ਭਰ ਜਾਂਦਾ, ਇਹ ਹੁੰਦਾ ਵਾਯੂਮੰਡਲੀ ਦਬਾਅ ਦੇ ਕਾਰਨ। 13ਵਾਂ ਕੁਸ਼ਚਨ, ਨਰੇਸ਼ ਇਸ ਗੱਲ ਤੋਂ ਹੈਰਾਨ ਹੈ ਕਿ ਜਦੋਂ ਵੀ ਕਿਸੇ ਵਸਤੂ ਨੂੰ ਉੱਪਰ ਸੁੱਟਿਆ ਜਾਂਦਾ ਹੈ ਤਾਂ ਵਾਪਸ ਥੱਲੇ ਆ ਜਾਂਦੀ, ਅਜਿਹਾ ਕਿਉਂ ਹੁੰਦਾ ਹੈ? ਅਜਿਹਾ ਕਿਉਂ ਹੁੰਦਾ ਹੈਗਾ? ਧਰਤੀ ਦੇ ਗੁਰੂਤਾਕਰਸ਼ਣ ਬਲ ਕਰਕੇ। ਧਰਤੀ ਦਾ ਗੁਰੂਤਾਕਰਸ਼ਣ ਬਲ ਹਰ ਚੀਜ਼ ਨੂੰ ਆਪਦੇ ਵੱਲ ਖਿੱਚਦਾ ਜੋ ਵੀ ਧਰਤੀ ਦੇ ਉੱਪਰ ਜਾਂ ਇਸਦੇ ਆਸ ਪਾਸ ਹੈਗੀ ਆ। ਇਸੇ ਕਰਕੇ ਜਿੰਨੀਆਂ ਵਸਤੂਆਂ ਸਾਰੀਆਂ ਧਰਤੀ ਨਾਲ ਜੁੜੀਆਂ ਵੀ ਆ, ਆਪਾਂ ਵੀ ਧਰਤੀ ਦੇ ਉੱਪਰ ਤੁਰਦੇ ਫਿਰਦੇ ਹਾਂ। 14ਵਾਂ ਕੁਸ਼ਚਨ, ਦਬਾਓ ਕਿਸ ਦੇ ਬਰਾਬਰ ਹੁੰਦਾ ਹੈ? ਤਾਂ ਦਬਾਓ ਬਰਾਬਰ ਹੁੰਦਾ ਹੈ ਬਲ ਵਟੇ ਖੇਤਰਫਲ ਦੀ। ਇਕਾਈ ਖੇਤਰਫਲ ਉੱਤੇ ਲੱਗਿਆ ਜਿਹੜਾ ਬਲ ਹੈ ਉਸਨੂੰ ਅਸੀਂ ਕੀ ਬੋਲਦੇ ਹਾਂ? ਦਬਾਓ, ਇਸ ਦੀ ਪਰਿਭਾਸ਼ਾ ਹੁੰਦੀ ਹੈ। 15ਵਾਂ ਕੁਸ਼ਚਨ, ਗੋਪਾਲ ਪਾਣੀ ਦੀ ਪਾਈਪ ਰਾਹੀਂ ਪੌਦਿਆਂ ਨੂੰ ਪਾਣੀ ਦੇ ਰਿਹਾ ਸੀ, ਉਸਨੇ ਦੇਖਿਆ ਪਾਈਪ ਵਿੱਚ ਛੋਟੇ ਛੋਟੇ ਸੁਰਾਖ ਹਨ ਜਿਨ੍ਹਾਂ ਵਿੱਚੋਂ ਪਾਣੀ ਫੁਹਾਰੀ ਤਰ੍ਹਾਂ ਵਹਿ ਰਿਹਾ ਹੈ, ਅਜਿਹਾ ਕਿਉਂ? ਅਜਿਹਾ ਕਿਉਂ ਹੁੰਦਾ? ਮੰਨੋ ਇਹ ਪਾਈਪ ਹੈਗੀ ਆ, ਇੱਥੇ ਤਾਂ ਇਸਦਾ ਜਿਹੜਾ ਹੋਲ ਹੈਗਾ ਆ ਆਪਦਾ ਮੂੰਹ, ਇੱਥੇ ਛੋਟੇ ਛੋਟੇ ਸੁਰਾਖ ਨੇ, ਇੱਥੋਂ ਵੀ ਜਿਹੜਾ ਪਾਣੀ ਆ ਉਹ ਕੀ ਹੈਗਾ ਬਾਹਰ ਨੂੰ ਨਿਕਲ ਰਿਹਾ ਹੈਗਾ। ਇਹ ਕਾਹਦੇ ਕਰਕੇ? ਇਹ ਕਿਉਂ ਹੁੰਦਾ ਹੈਗਾ? ਕਿਉਂਕਿ ਜਿਹੜਾ ਦਰਵ ਹੈ ਉਹ ਬਰਤਨ ਦੀਆਂ ਦੀਵਾਰਾਂ ਉੱਤੇ ਵੀ ਪ੍ਰੈਸ਼ਰ ਪਾਉਂਦਾ ਹੁੰਦਾ ਹੈ, ਤਾਂ ਕਰਕੇ ਜਿਹੜਾ ਇੱਥੋਂ ਜਿਹੜਾ ਦਰਵ ਆ ਉਹ ਬਾਹਰ ਨੂੰ ਕੀ ਆ ਲੀਕ ਕਰ ਜਾਂਦਾ ਹੈਗਾ। ਤਾਂ ਦੂਸਰਾ ਆਪਸ਼ਨ ਇਸਦਾ ਸਹੀ ਆਂਸਰ ਆਏਗਾ, ਦਰਵ ਬਰਤਨ ਦੀਆਂ ਦੀਵਾਰਾਂ ਉੱਪਰ ਦਬਾਅ ਪਾਉਂਦੇ ਹਨ, ਇਸੇ ਕਰਕੇ ਉੱਥੋਂ ਜਿਹੜਾ ਫੁਹਾਰੇ ਵਾਂਗੂ ਪਾਣੀ ਬਾਹਰ ਨਿਕਲ ਰਿਹਾ। ਇਹ ਸੀ ਸਾਡੇ 15ਵਾਂ ਕੁਸ਼ਚਨ ਕਲਾਸ 7ਵੀਂ ਦੇ। ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ। ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਜ਼ਰੂਰ ਕਰਨਾ ਅਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਧੰਨਵਾਦ।